ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡੇ ਆਪਣੇ ਯੂਟਿਊਬ ਚੈਨਲ ਦੇ ਉੱਪਰ। ਸੋ ਜਿਹੜੇ ਵਿਦਿਆਰਥੀ ਸੀ ਟੈਟ ਦੇਣਾ ਚਾਹੁੰਦੇ ਨੇ ਜੀ, ਜੁਲਾਈ 2019 ਦੇ ਵਿੱਚ ਹੋਣਾ ਜੀ 7 ਜੁਲਾਈ ਨੂੰ, ਉਸਦੀ ਅਪਲਾਈ ਕਰਨ ਦੀ ਐਪਲੀਕੇਸ਼ਨ ਦੀ ਅੱਜ ਲਾਸਟ ਡੇਟ ਹੈ ਜੀ। ਔਰ ਇਸ ਦੇ ਨਾਲ ਬਹੁਤ ਸਾਰੇ ਵਿਦਿਆਰਥੀਆਂ ਦੇ ਕੁਐਸਚਨ ਵੀ ਸੀ ਕਿ ਸੀ ਟੈਟ ਜਿਹੜਾ ਹੈ ਕਲੀਅਰ ਕਰਨ ਤੋਂ ਬਾਅਦ ਕਿਸ ਕਿਸ ਪੋਸਟ ਲਈ ਅਸੀਂ ਐਲੀਜੀਬਲ ਹਾਂ, ਕਿੱਥੇ ਕਿੱਥੇ ਜਿਹੜਾ ਅਪਲਾਈ ਕਰ ਸਕਦੇ ਹਾਂ, ਔਰ ਭਾਸ਼ਾ ਕਿਵੇਂ ਚੁਣਨੀ, ਔਰ ਕੌਣ ਕੌਣ ਜਿਹੜਾ ਹੈ ਸੀ ਟੈਟ ਅਪਲਾਈ ਕਰ ਸਕਦਾ। ਸੋ ਸਾਰੇ ਕੁਐਸਚਨਾਂ ਦੇ ਇਸ ਵੀਡੀਓ ਨੂੰ ਜੇਕਰ ਤੁਸੀਂ ਅੰਤ ਤੱਕ ਵੇਖੋਗੇ ਤਾਂ ਹਰੇਕ ਕੁਐਸਚਨ ਦਾ ਤੁਹਾਨੂੰ ਜਿਹੜਾ ਆਨਸਰ ਹੈ ਉਹ ਮਿਲ ਜੂਗਾ ਜੀ। ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ, ਅੱਜ ਜਿਹੜੀ ਹੈ ਲਾਸਟ ਡੇਟ ਹੈ ਜੀ 5/3/2019 ਸਬਮਿਸ਼ਨ ਆਫ ਔਨਲਾਈਨ ਐਪਲੀਕੇਸ਼ਨ। ਫੀਸ ਦੀ ਜਿਹੜੀ ਡੇਟ ਹੈ ਉਹ 8 ਤਰੀਕ ਹੈ ਜੀ, 8/3/2019 3:30 ਵਜੇ ਤੋਂ ਪਹਿਲਾਂ ਆਪਾਂ ਜਿਹੜੀ ਹੈ ਫੀਸ ਉਹ ਸਬਮਿਟ ਕਰਵਾ ਦੇਣੀ ਹੈ ਜੀ। ਨੈਕਸਟ ਗੱਲ ਕਰਦੇ ਹਾਂ ਜੀ ਕਿ ਆਪਾਂ ਜਿਹੜਾ ਹੈ ਕੌਣ ਕੌਣ ਇਸ ਦੇ ਲਈ ਐਲੀਜੀਬਲ ਹੈ ਜੀ। ਸੋ ਫੀਸ ਦੀ ਵੀ ਗੱਲ ਕਰ ਦਿੰਦੇ ਹਾਂ ਕਿ ਜੇਕਰ ਜਨਰਲ ਵਾਸਤੇ ਔਰ ਓ ਬੀ ਸੀ ਵਾਸਤੇ ਜਿਹੜੀ ਫੀਸ ਹੈ, ਜੇਕਰ ਤੁਸੀਂ ਇੱਕ ਪੇਪਰ ਲਈ ਅਪਲਾਈ ਕਰਨਾ ਤਾਂ 700 ਰੁਪਏ ਹੈ, ਜੇਕਰ ਦੋਨਾਂ ਲਈ ਅਪਲਾਈ ਕਰਨਾ ਤਾਂ 1200 ਰੁਪਏ। ਇਸ ਤੋਂ ਇਲਾਵਾ SC/ST ਔਰ ਅਲੱਗ ਅਲੱਗ ਜਿਹੜੇ ਡਿਸੇਬਲਡ ਪਰਸਨ ਨੇ ਉਹਨਾਂ ਵਾਸਤੇ ਇੱਕ ਪੇਪਰ ਦੀ ਫੀਸ ਜਿਹੜੀ ਹੈ 350 ਰੁਪਏ ਹੈ, ਔਰ ਦੋਨਾਂ ਪੇਪਰਾਂ ਦੀ ਜੇਕਰ ਤੁਸੀਂ ਅਪਲਾਈ ਕਰਨਾ ਤਾਂ 600 ਰੁਪਇਆ ਫੀਸ ਹੈ ਜੀ। ਔਰ ਫੀਸ ਹੈ ਜਿਹੜੀ ਤੁਸੀਂ ਚਲਾਣ ਦੇ ਰਾਹੀਂ ਵੀ ਭਰ ਸਕਦੇ ਹੋ, ਔਰ ਇਸ ਤੋਂ ਇਲਾਵਾ ਜਿਹੜੀ ਹੈ ਬਾਏ ਔਨਲਾਈਨ ਮੋਡ ਪੇਮੈਂਟ ਡੈਬਿਟ ਕਾਰਡ ਔਰ ਕ੍ਰੈਡਿਟ ਕਾਰਡ ਦੇ ਨਾਲ ਵੀ ਆਪਣੀ ਜਿਹੜੀ ਫੀਸ ਹੈ ਉਹ ਭਰ ਸਕਦੇ ਹੋ ਜੀ। ਸੋ ਐਲੀਜੀਬਿਲਟੀ ਵਾਸਤੇ ਬਹੁਤ ਸਾਰੇ ਕਮੈਂਟ ਸੀ ਕਿ ਜਿਹੜੇ ਵਿਦਿਆਰਥੀ ਅਪੀਅਰ ਨੇ ਉਹ ਅਪਲਾਈ ਕਰ ਸਕਦੇ ਨੇ ਜਾਂ ਨਹੀਂ ਕਰ ਸਕਦੇ, ਤਾਂ ਦੱਸ ਦਈਏ। ਔਰ ਇਸ ਦੇ ਨਾਲ ਇੱਕ ਹੋਰ ਕੁਐਸਚਨ ਸੀ ਕਿ ਜਿਨ੍ਹਾਂ ਨੇ BEd ਕੀਤੀ ਹੋਈ ਹੈ ਉਹ CTET 1 ਲਈ ਅਪਲਾਈ ਕਰ ਸਕਦੇ ਨੇ ਜਾਂ ਨਹੀਂ ਕਰ ਸਕਦੇ। CTET 1 ਹੈ ਜਿਹੜਾ ਉਹ 1 ਤੋਂ 5 ਤੱਕ ਦੇ ਟੀਚਰ ਵਾਸਤੇ ਹੈ ਜੀ, ਜਿਸ ਨੇ 1 ਤੋਂ 5 ਤੱਕ ਪ੍ਰਾਇਮਰੀ ਟੀਚਰ ਦੇ ਲਈ ਐਲੀਜੀਬਲ ਹੋਣਾ ਹੈ ਉਹ CTET 1 ਦਊਗਾ ਜੀ। ਔਰ BEd ਵਾਲੇ ਦੇ ਸਕਦੇ ਨੇ ਜਾਂ ਨਹੀਂ ਦੇ ਸਕਦੇ, ਸੋ ਉਹ ਵੀ ਇੱਥੇ ਕਲੀਅਰ ਕਰਾਂਗੇ ਜੀ। ਸਭ ਤੋਂ ਪਹਿਲਾਂ ਦੇਖਦੇ ਹਾਂ ਜੀ, ਗ੍ਰੈਜੂਏਸ਼ਨ ਸੀਨੀਅਰ ਸੈਕੰਡਰੀ ਤੁਹਾਡੀ ਹੋਣੀ ਚਾਹੀਦੀ ਹੈ, ਸੋਰੀ +2 ਹੋਣੀ ਚਾਹੀਦੀ ਹੈ ਜੀ, ਵਿਦ 50% ਮਾਰਕਸ, 50% ਮਾਰਕ ਜਿਹੜੇ ਨੰਬਰ ਨੇ ਤੁਹਾਡੇ ਹੋਣੇ ਚਾਹੀਦੇ ਨੇ। ਔਰ ਜਿਹੜੇ ਅਪੀਅਰਿੰਗ ਨੇ, ਕਿਹੜੇ ਅਪੀਅਰਿੰਗ ਕਰ ਸਕਦੇ ਨੇ, ਅਪੀਅਰਿੰਗ ਇਨ ਦਾ ਫਾਈਨਲ ਈਅਰ ਆਫ 2nd ਈਅਰ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ। ਸੋ ਇੱਥੇ ਸਾਫ਼ ਲਿਖਿਆ ਹੋਇਆ ਕਿ ਜਿਹੜੇ ਅਪੀਅਰ ਨੇ ਫਾਈਨਲ ਈਅਰ ਦੇ ਵਿੱਚ ਅਪੀਅਰ ਨੇ, ਜਿਹੜਾ 2 ਸਾਲਾ ਡਿਪਲੋਮਾ ਹੈ ਐਲੀਮੈਂਟਰੀ ਐਜੂਕੇਸ਼ਨ ਦਾ, ਉਸ ਦੇ ਵਿੱਚ ਜੇਕਰ ਤੁਸੀਂ 2nd ਈਅਰ ਦੇ ਵਿੱਚ ਹੋ ਤਾਂ ਅਪਲਾਈ ਕਰ ਸਕਦੇ ਹੋ CTET 1 ਦੇ ਵਿੱਚ। ਔਰ ਇਸ ਤੋਂ ਇਲਾਵਾ ਸੀਨੀਅਰ ਸੈਕੰਡਰੀ 50% ਨੰਬਰ ਤੁਹਾਡੇ ਹੋਣ, ਔਰ ਤੁਸੀਂ ਫਾਈਨਲ ਈਅਰ ਔਫ 4 ਈਅਰ ਜਿਹੜਾ ਬੈਚੁਲਰ ਐਲੀਮੈਂਟਰੀ ਐਜੂਕੇਸ਼ਨ ਡਿਪਲੋਮਾ ਜੇਕਰ ਤੁਸੀਂ ਕਰ ਰਹੇ ਹੋ 4th ਈਅਰ ਦੇ ਵਿੱਚ ਹੋ, ਤਾਂ ਵੀ ਤੁਸੀਂ ਜਿਹੜਾ ਇਸ ਦੇ ਲਈ ਅਪਲਾਈ ਕਰ ਸਕਦੇ ਹੋ। ਔਰ ਨੈਕਸਟ ਗੱਲ ਕਰਾਂਗੇ ਕਿ ਗ੍ਰੈਜੂਏਸ਼ਨ ਵਾਲੇ ਜਿਹੜੇ CTET 1 ਲਈ ਅਪਲਾਈ ਕਰ ਸਕਦੇ ਨੇ ਜਾਂ ਨਹੀਂ ਕਰ ਸਕਦੇ, ਤਾਂ ਬਿਲਕੁਲ ਕਲੀਅਰ ਲਿਖਿਆ ਹੋਇਆ ਕਿ ਗ੍ਰੈਜੂਏਸ਼ਨ ਵਿਦ 50% ਮਾਰਕ, ਜੇਕਰ ਤੁਹਾਡੇ 50% ਨੰਬਰ ਨੇ, ਔਰ ਬੈਚੁਲਰ ਆਫ ਐਜੂਕੇਸ਼ਨ BEd ਤੁਸੀਂ ਕੀਤੀ ਹੋਈ ਹੈ, ਤਾਂ ਵੀ ਤੁਸੀਂ ਜਿਹੜਾ ਇਸ ਦੇ ਲਈ ਅਪਲਾਈ ਕਰ ਸਕਦੇ ਹੋ। ਬਟ ਇਸ ਦੇ ਵਿੱਚ ਇੱਕ ਕੰਡੀਸ਼ਨ ਹੁੰਦੀ ਹੈ ਕਿ ਜੋਬ ਮਿਲਣ ਤੋਂ ਬਾਅਦ 2 ਸਾਲ ਦੇ ਅੰਦਰ ਅੰਦਰ ਤੁਸੀਂ 6 ਮਹੀਨੇ ਦਾ ਜਿਹੜਾ ਬ੍ਰਿਜ ਕੋਰਸ ਹੈ ਉਹ ਕਰਨਾ ਹੁੰਦਾ ਜੀ। ਸੋ ਅੱਗੇ ਗੱਲ ਕਰਦੇ ਹਾਂ ਜੀ CTET 2 ਦੀ, ਗ੍ਰੈਜੂਏਸ਼ਨ ਹੋਣੀ ਚਾਹੀਦੀ ਪਾਸਟ, ਗ੍ਰੈਜੂਏਸ਼ਨ ਪਾਸਟ ਔਰ ਅਪੀਅਰਿੰਗ ਇਨ ਫਾਈਨਲ ਈਅਰ ਆਫ 2 ਈਅਰ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ। ਸੋ ਜੇਕਰ ਤੁਸੀਂ 2 ਸਾਲੇ ਡਿਪਲੋਮੇ ਦੇ ਵਿੱਚ ਅਪੀਅਰ ਹੋ ਫਾਈਨਲ ਈਅਰ ਦੇ ਵਿੱਚ ਔਰ ਗ੍ਰੈਜੂਏਸ਼ਨ ਪਾਸ ਹੈ ਤੁਹਾਡੀ, ਤਾਂ ਵੀ ਤੁਸੀਂ ਜਿਹੜਾ ਹੈ ਇਸ ਦੇ ਲਈ ਅਪਲਾਈ ਕਰ ਸਕਦੇ ਹੋ। ਔਰ ਗ੍ਰੈਜੂਏਸ਼ਨ 50% ਮਾਰਕਸ, ਅਪੀਅਰਿੰਗ ਇਨ 1st ਈਅਰ ਬੈਚੁਲਰ ਆਫ ਐਜੂਕੇਸ਼ਨ। ਸੋ BEd ਦੇ 1st ਈਅਰ ਦੇ ਵਿੱਚ ਵੀ ਜੇਕਰ ਤੁਸੀਂ ਅਪੀਅਰ ਹੋ, ਤਾਂ ਵੀ ਤੁਸੀਂ ਜਿਹੜਾ ਹੈ ਇਸ ਦੇ ਲਈ ਅਪਲਾਈ ਕਰ ਸਕਦੇ ਹੋ ਜੀ। ਸੋ ਅਪੀਅਰਿੰਗ ਵਾਲੇ ਸਟੂਡੈਂਟ ਤਾਂ ਜ਼ਿਆਦਾ ਸੀ ਕਿ ਜਿਹੜੇ ਫਾਈਨਲ ਅਪੀਅਰ ਨੇ 1st ਸਮੈਸਟਰ 'ਚ ਨੇ ਜਾਂ 2nd 'ਚ ਨੇ ਅਪਲਾਈ ਕਰ ਸਕਦੇ ਨੇ ਜਾਂ ਨਹੀਂ ਕਰ ਸਕਦੇ, ਤਾਂ ਬਿਲਕੁਲ ਕਲੀਅਰ ਲਿਖਿਆ ਹੋਇਆ ਕਿ ਜੇਕਰ ਤੁਸੀਂ BEd ਕਰ ਰਹੇ ਹੋ, ਅਪੀਅਰ ਹੋ, ਤਾਂ ਤੁਸੀਂ ਜਿਹੜਾ ਹੈ 1 ਈਅਰ BEd ਵਾਲੇ 'ਚ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ, ਔਰ 2 ਈਅਰ ਦੇ ਵਿੱਚ ਜੇਕਰ ਤੁਸੀਂ ਫਾਈਨਲ ਈਅਰ ਦੇ ਵਿੱਚ ਹੋ ਤਾਂ ਅਪਲਾਈ ਕਰ ਸਕਦੇ ਹੋ। ਨੈਕਸਟ ਗੱਲ ਕਰਾਂਗੇ ਜੀ ਲੈਂਗੁਏਜ ਦੀ। ਸੋ ਥੋੜ੍ਹਾ ਜਿਹਾ ਪੇਪਰ ਸਟਰਕਚਰ ਵੀ ਦੇਖ ਲੈਂਦੇ ਜੀ, ਬਿਲਕੁਲ PSTET ਦੇ ਨਾਲ ਮਿਲਦਾ ਜੁਲਦਾ ਜੀ। ਚਾਈਲਡ ਡਿਵੈਲਪਮੈਂਟ 30 ਨੰਬਰ ਦੀ ਆਏਗੀ, ਪੇਪਰ 1 ਦੇ ਲਈ ਲੈਂਗੁਏਜ 1, ਲੈਂਗੁਏਜ 2 30 ਨੰਬਰ ਦੀਆਂ ਨੇ ਜੀ। ਇੱਕ ਸਟੂਡੈਂਟ ਦਾ ਮੈਸੇਜ ਸੀ ਕਿ ਲੈਂਗੁਏਜ 1 ਔਰ 2 ਦੋਨੋਂ 30 ਨੰਬਰ ਦੀਆਂ ਆਉਣਗੀਆਂ ਜਾਂ 1 30 ਨੰਬਰ ਦੀ ਆਏਗੀ, ਤਾਂ ਦੋਨੋਂ ਲੈਂਗੁਏਜ ਜਿਹੜੀਆਂ ਨੇ 30-30 ਮਾਰਕਸ ਦੀਆਂ ਆਉਣਗੀਆਂ ਲੈਂਗੁਏਜ 1 ਔਰ 2 ਜੀ। ਇਸੇ ਦੇ ਨਾਲ ਮੈਥੇਮੈਟਿਕਸ ਔਰ ਇਨਵਾਇਰਮੈਂਟ ਵੀ 30-30 ਨੰਬਰ ਦੇ ਆਉਣਗੇ। ਸੋ 5 ਪੋਰਸ਼ਨ ਨੇ ਜੀ, ਚਾਈਲਡ ਡਿਵੈਲਪਮੈਂਟ, ਲੈਂਗੁਏਜ 1, ਲੈਂਗੁਏਜ 2, ਮੈਥੇਮੈਟਿਕਸ ਔਰ ਇਨਵਾਇਰਮੈਂਟਲ ਸਟੱਡੀ, ਸਾਰੇ ਜਿਹੜੇ ਨੇ 30-30 ਨੰਬਰ ਦੇ ਨੇ, 150 ਨੰਬਰ ਦਾ ਪੇਪਰ ਹੋਊਗਾ। ਨੈਕਸਟ ਹੈ ਜੀ
ਮੇਨ ਗੱਲ ਸੀ ਜਿਹੜੀ ਲੈਂਗੁਏਜ ਦੀ ਕਿ ਅਸੀਂ ਪੰਜਾਬੀ ਦੇ ਨਾਲ ਹਿੰਦੀ ਲੈ ਸਕਦੇ ਹਾਂ, ਤਾਂ ਬਿਲਕੁਲ ਇੱਥੇ ਕਲੀਅਰ ਲਿਖਿਆ ਹੋਇਆ ਕਿ ਕੋਈ ਵੀ ਦੋ ਲੈਂਗੁਏਜ ਜਿਹੜੀ ਵੀ ਤੁਸੀਂ ਯੂ ਵਿਸ਼ ਟੂ ਅਪੀਅਰ ਇਨ ਸੀਅਰ, ਜਿਹੜੀ ਵੀ ਤੁਸੀਂ ਦੋ ਲੈਂਗੁਏਜ ਲੈਣੀ ਚਾਹੁੰਦੇ ਹੋ ਆਪਣੀ ਮਨਪਸੰਦ ਦੀ, ਇਹਨਾਂ 20 ਲੈਂਗੁਏਜ ਦੇ ਵਿੱਚੋਂ ਲੈ ਸਕਦੇ ਹੋ। ਇੰਗਲਿਸ਼ ਦੇ ਨਾਲ ਵੀ ਪੰਜਾਬੀ ਲੈ ਸਕਦੇ ਹੋ, ਇੰਗਲਿਸ਼ ਹਿੰਦੀ ਵੀ ਲੈ ਸਕਦੇ ਹੋ, ਔਰ ਹਿੰਦੀ ਪੰਜਾਬੀ ਵੀ ਤੁਸੀਂ ਲੈ ਸਕਦੇ ਹੋ। ਮੈਂ ਕਲੀਅਰ ਕਰਦਾ ਕਿ ਕਮੈਂਟ ਸੀ ਦੋ ਤਿੰਨ ਵਾਰ ਇਹ ਕਮੈਂਟ ਜਿਹੜਾ ਆਇਆ ਸੀ ਕਿ ਹਿੰਦੀ ਦੇ ਨਾਲ ਪੰਜਾਬੀ ਲੈ ਸਕਦੇ ਹੋ, ਤਾਂ ਬਿਲਕੁਲ ਜਿਹੜਾ ਹੈ ਹਿੰਦੀ ਔਰ ਪੰਜਾਬੀ ਆਪਾਂ ਲੈ ਸਕਦੇ ਹਾਂ ਜੀ। ਸੋ ਦੋ ਲੈਂਗੁਏਜ ਕੋਈ ਵੀ, ਜੇਕਰ ਇੰਗਲਿਸ਼ ਨਹੀਂ ਲੈਣਾ ਚਾਹੁੰਦੇ ਤਾਂ ਨਹੀਂ ਲੈ, ਆਪਾਂ ਨਹੀਂ ਲੈ ਸਕਦੇ, ਹਿੰਦੀ ਔਰ ਪੰਜਾਬੀ ਜਿਹੜੀ ਹੈ ਲੈ ਸਕਦੇ ਹਾਂ। ਜੇਕਰ ਆਪਾਂ ਚਾਹੀਏ ਕਿ ਇੰਗਲਿਸ਼ ਪੰਜਾਬੀ ਲੈਣੀ, ਤਾਂ ਇੰਗਲਿਸ਼ ਪੰਜਾਬੀ ਵੀ ਲੈ ਸਕਦੇ ਹਾਂ। ਕੋਈ ਵੀ ਇੱਥੇ ਕੰਪਲਸ਼ਨ ਨਹੀਂ ਹੈ ਕਿ ਇਹੀ ਦੋ ਲੈਂਗੁਏਜ ਜਿਹੜੀਆਂ ਨੇ ਲੈਣੀਆਂ ਨੇ, ਕੋਈ ਵੀ ਇੱਕ ਲੈਂਗੁਏਜ ਕੰਪਲਸਰੀ ਨਹੀਂ ਹੈ, ਕੋਈ ਵੀ ਦੋ ਲੈਂਗੁਏਜ ਤੁਸੀਂ ਲੈ ਸਕਦੇ ਹੋ। ਹਿੰਦੀ ਪੰਜਾਬੀ ਲੈ ਸਕਦੇ ਹੋ, ਹਿੰਦੀ ਇੰਗਲਿਸ਼ ਲੈ ਸਕਦੇ ਹੋ, ਪੰਜਾਬੀ ਇੰਗਲਿਸ਼ ਲੈ ਸਕਦੇ ਹੋ। ਸੋ ਦੋ ਲੈਂਗੁਏਜ ਲੈਣੀਆਂ ਨੇ ਜੀ, ਕੋਈ ਵੀ ਜਿਹੜੀ ਤੁਸੀਂ ਚਾਹੋ ਉਹ ਲੈ ਸਕਦੇ ਹੋ। ਸੋ ਇਸ ਦੇ ਨਾਲ ਹੀ ਪੇਪਰ 2 ਦੇ ਸਟਰਕਚਰ ਦੀ ਗੱਲ ਕਰ ਲੈਂਦੇ ਹਾਂ, ਤਾਂ ਬਿਲਕੁਲ ਪੀ ਐੱਸ ਟੈਟ ਦੇ ਨਾਲ ਮਿਲਦਾ ਜੁਲਦਾ ਜੀ। ਚਾਈਲਡ ਡਿਵੈਲਪਮੈਂਟ 30 ਨੰਬਰ ਦੀ, 30 ਨੰਬਰ ਦੀ ਲੈਂਗੁਏਜ 1, 30 ਨੰਬਰ ਦੀ ਲੈਂਗੁਏਜ 2, ਔਰ ਉਸ ਤੋਂ ਬਾਅਦ ਆਪਣਾ ਸਬਜੈਕਟ ਜੇਕਰ SST ਹੈ ਤਾਂ 60 ਨੰਬਰ ਦਾ ਆਪਣਾ SST 'ਚੋਂ ਆਊਗਾ। ਜੇਕਰ ਆਪਣਾ ਸਬਜੈਕਟ ਕੰਬੀਨੇਸ਼ਨ ਮੈਥ ਸਾਇੰਸ ਹੈ ਤਾਂ 60 ਨੰਬਰ ਦਾ ਜਿਹੜਾ ਮੈਥ ਸਾਇੰਸ ਆਊਗਾ ਜੀ। ਸੋ ਉਮੀਦ ਹੈ ਕਿ ਸਾਰੇ ਜਿਹੜੇ ਡਾਊਟਸ ਨੇ ਉਹ ਕਲੀਅਰ ਹੋ ਜਾਣਗੇ। ਸੇਮ ਹੈ ਬਿਲਕੁਲ ਲੈਂਗੁਏਜ, ਇਹਦੇ ਵਿੱਚ ਵੀ ਤੁਸੀਂ CTET ਜੇਕਰ 2 ਕਰ ਰਹੇ ਹੋ ਅਪਲਾਈ, ਤਾਂ ਇਹਦੇ ਵਿੱਚ ਵੀ ਕੋਈ ਵੀ 2 ਲੈਂਗੁਏਜ ਜਿਹੜੀਆਂ ਲੈ ਸਕਦੇ ਹੋ। ਇੰਗਲਿਸ਼ ਦੇ ਨਾਲ ਪੰਜਾਬੀ ਲੈ ਸਕਦੇ ਹੋ, ਇੰਗਲਿਸ਼ ਦੇ ਨਾਲ ਹਿੰਦੀ ਲੈ ਸਕਦੇ ਹੋ, ਹਿੰਦੀ ਪੰਜਾਬੀ ਜੇ ਤੁਸੀਂ ਚਾਹੋ ਤਾਂ ਹਿੰਦੀ ਔਰ ਪੰਜਾਬੀ ਦੋਨੋਂ ਲੈ ਸਕਦੇ ਹੋ। ਨੈਕਸਟ ਜੀ, ਕਿੱਥੇ ਕਿੱਥੇ ਜਿਹੜਾ ਹੈ ਅਪਲਾਈ ਕਰ ਸਕਦੇ ਹਾਂ ਆਪਾਂ, ਤਾਂ ਇਹ ਆਪਾਂ ਜਿਹੜਾ ਹੈ CTET ਕਲੀਅਰ ਕਰਨ ਤੋਂ ਬਾਅਦ ਆਪਾਂ ਅਪਲਾਈ ਕਰ ਸਕਦੇ ਹਾਂ ਜੀ। KVS, NVS ਸੈਂਟਰ ਤਿਬਤਨ ਸਕੂਲ ਨੇ ਜਿਹੜੇ, ਔਰ ਜਿਹੜੇ ਸੈਂਟਰ ਸਕੂਲ ਦੇ ਸੈਂਟਰ ਗੌਰਮੈਂਟ ਦੇ UT ਦੇ ਅੰਡਰ UT ਜਿਹੜੇ ਸਕੂਲ ਨੇ, ਚੰਡੀਗੜ੍ਹ ਹੋ ਗਿਆ, ਦਾਦਰਾ ਨਗਰ ਹਵੇਲੀ, ਦਮਨ ਦਿਓ, ਅੰਡੇਮਾਨ ਨਿਕੋਬਾਰ, ਆਈਸਲੈਂਡ ਲਕਸ਼ਦੀਪ, NCT ਦਿੱਲੀ। ਸੋ ਇੱਥੇ ਆਪਾਂ ਜਿਹੜਾ ਹੈ ਅਪਲਾਈ ਕਰ ਸਕਦੇ ਹਾਂ KVS ਦੇ ਵਿੱਚ, NVS ਦੇ ਵਿੱਚ, ਸੈਂਟਰਲ ਟਿਬਟਨ ਸਕੂਲ ਦੇ ਵਿੱਚ, ਔਰ ਜਿੰਨੇ ਵੀ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਉਹਨਾਂ ਦੇ ਵਿੱਚ ਜਿਹੜੇ ਸਕੂਲ ਨੇ CTET, ਆਪਾਂ ਜੇਕਰ ਐਲੀਜੀਬਲ ਹੋ ਜਾਂਦੇ ਹਾਂ ਤਾਂ ਇਹਨਾਂ ਸਕੂਲਾਂ ਦੇ ਵਿੱਚ ਅਪਲਾਈ ਕਰ ਸਕਦੇ ਹਾਂ ਜੀ। ਔਰ ਇਸ ਤੋਂ ਇਲਾਵਾ ਆਪਣੇ ਦੂਸਰੇ ਚੈਨਲ ਦੇ ਉੱਪਰ CTET ਦੀ ਪ੍ਰੈਪਰੇਸ਼ਨ ਵਾਸਤੇ ਵੀਡੀਓ ਵੀ ਅਪਲੋਡ ਨੇ ਜੀ ਹਿੰਦੀ ਮੀਡੀਅਮ ਦੇ ਵਿੱਚ। ਸੋ ਉਹਨਾਂ ਦੀ ਹੈਲਪ ਦੇ ਨਾਲ ਤੁਸੀਂ ਆਪਣੀ CTET ਦੀ ਪ੍ਰੈਪਰੇਸ਼ਨ ਵੀ ਕਰ ਸਕਦੇ ਹੋ। ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਉਸ ਚੈਨਲ ਦਾ ਲਿੰਕ ਮਿਲ ਜੂਗਾ ਜੀ। ਸੋ ਥੈਂਕ ਯੂ ਫੋਰ ਵਾਚਿੰਗ ਦਾ ਵੀਡੀਓ। ਉਮੀਦ ਹੈ ਕਿ ਸਾਰੇ ਡਾਊਟਸ ਕਲੀਅਰ ਹੋ ਗਏ ਹੋਣਗੇ। ਫਿਰ ਵੀ ਜੇ ਕੋਈ ਡਾਊਟ ਹੋਵੇ ਤਾਂ ਕਮੈਂਟ ਕਰ ਸਕਦੇ ਹੋ ਜੀ।